ਅਜ ਦੀਆਂ ਖਬਰਾਂ ਮੰਨ ਲਈਏ ਕਹਿੰਦੇ ਪੇ ਲਾਮਿਕਸ ਤੇ ਪਬਲਿਕ ਕਾਫੀ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟੈਕਸ ਰਿਟਰਨ ਦੇਖਣ ਲਈ ਮੰਗ ਰਹੇ ਸੀ ਚਾਹੇ ਉਹ ਐਜ਼ ਅ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਤੋਂ ਪਹਿਲਾਂ ਐਜ਼ ਅ ਇੰਡੀਵਿਜੂਅਲ ਜਾਂ ਕੈਂਡੀਡੇਟ ਵੀ ਸੀਗੇ ਬਾਰ ਬਾਰ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਪੇ ਜਿਹੜੇ ਉਹਨਾਂ ਦੇ ਟੈਕਸ ਰਿਟਰਨ ਆ ਉਹ ਰਿਲੀਜ਼ ਨਾ ਕੀਤੇ ਜਾਣ ਪਰ ਹੁਣ ਇੱਕ ਜਿਹੜੀ ਕਮੇਟੀ ਆ ਆਈਆਰਐਸ ਓਵਰਸਾਈਟ ਤੇ ਰਾਈਟਿੰਗ ਟੈਕਸ ਪਾਲਿਸੀ ਦੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ 2015 ਤੋਂ ਲੈ ਕੇ 2020 ਤੱਕ ਦੇ ਜੋ ਟੈਕਸ ਰਿਟਰਨ ਆ ਉਹ ਕਾਪੀ ਉਹਨਾਂ ਦੇ ਕੋਲ ਪਹੁੰਚ ਚੁੱਕੀ ਹੈਗੀ ਆ ਤੇ ਕਹਿੰਦੇ ਭਈ ਉਹ ਅ ਜਲਦੀ ਹੀ ਜਿਹੜੀ ਆ ਰਿਲੀਜ਼ ਕਰ ਦੇਣਗੇ ਤੇ ਕਮੇਟੀ ਨੇ ਇਹ ਵੀ ਦੱਸਿਆ ਪਈ ਆਈਆਰਐਸ ਨੇ ਪ੍ਰੋਪਰਲੀ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਟੈਕਸ ਰਿਟਰਨ ਆ ਉਹਨਾਂ ਨੂੰ ਆਡਿਟ ਨਹੀਂ ਕੀਤਾ ਹੈਗਾ ਸੋ ਇੱਕ ਹੀ ਮੈਂਡੇਟਰੀ ਆਡਿਟ ਸੀ 2016 ਦਾ ਟੈਕਸ ਰਿਟਰਨ ਜਿਹੜਾ ਉਹਨਾਂ ਨੇ ਕੀਤਾ ਆ ਤੇ ਉਹ ਵੀ ਜਾ ਕੇ 2019 ਦੇ ਵਿੱਚ ਕੀਤਾ ਹੈਗਾ ਜੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉਸ ਕਮੇਟੀ ਨੇ ਆਲਰੇਡੀ ਇਸ ਨੂੰ ਰਿਲੀਜ਼ ਕਰ ਦਿੱਤਾ ਹੈ ਦੁਨੀਆ ਦੇ ਸਾਹਮਣੇ ਜਿਹੜੇ ਫੈਡਰਲ ਟੈਕਸਿਸ ਆ ਟਰੰਪ ਹੋਣਾ ਦੇ ਉਹ ਹੁਣ ਸਾਹਮਣੇ ਆ ਰਹੇ ਨੇ 2015 ਤੋਂ ਲੈ ਕੇ ਅੱਗੇ ਤੱਕ ਫੁੱਲ ਟਰਮ ਜਿਹੜੀ ਉਹਨਾਂ ਨੇ ਪੂਰੀ ਕੱਢੀ ਸੀਗੀ ਵਾਈਟ ਹਾਊਸ ਦੇ ਵਿੱਚ ਉਹ ਟੈਕਸ ਰਿਟਰਨ ਸਾਹਮਣੇ ਆ ਡੋਨਲਡ ਰੰਪ ਹੋਣਾ ਨੇ ਆਪਣੇ ਪਹਿਲੇ 3 ਸਾਲਾਂ ਚ ਬਤੌਰ ਪ੍ਰੈਜ਼ੀਡੈਂਟ 1.1 ਮਿਲੀਅਨ ਡਾਲਰ ਫੈਡਰਲ ਇਨਕਮ ਟੈਕਸ ਭਰਿਆ ਪਰ 2020 ਦੇ ਵਿੱਚ ਉਹਨਾਂ ਨੇ ਤਕਰੀਬਨ 5 ਮਿਲੀਅਨ ਡਾਲਰ ਦਾ ਨੁਕਸਾਨ ਦਿਖਾਉਂਦੇ ਹੋਏ 1 ਵੀ ਡਾਲਰ 0 ਡਾਲਰ ਜਿਹੜਾ ਆ ਉਹ ਇਨਕਮ ਟੈਕਸ ਫੈਡਰਲ ਇਨਕਮ ਟੈਕਸ ਜਿਹੜਾ ਹੋ ਭਰਿਆ ਸੀਗਾ ਸੋ ਇਹ ਲੰਮੀ ਚੌੜੀ ਜਿਹੜੀ ਹਰਜੋਤ ਸਿੰਘ ਜੀ ਚੱਲਦੀ ਰਹੀ ਇਹਨਾਂ ਦੀ ਲੜਾਈ ਇਹਨਾਂ ਟੈਕਸ ਰਿਟਰਨਸ ਨੂੰ ਪਾਉਣ ਦੇ ਲਈ ਪਬਲਿਕ ਤੱਕ ਇਨਫੋਰਮੇਸ਼ਨ ਜਿਹੜੀ ਉਹ ਪਹੁੰਚਾਉਣ ਦੇ ਲੀ ਸੋ ਆ এজ ਦੀ ਚੀਜ਼ ਆ ਹੁਣ ਸਾਹਮਣੇ ਜਿਹੜੀ ਉਹ ਆ ਚੁੱਕੀ ਆ 2015 ਤੋਂ 2020 ਤੱਕ ਦੇ ਜਿਹੜੇ ਉਹਨਾਂ ਦੇ ਟੈਕਸ ਰਿਟਰਨਸ ਆ ਉਹ ਹੁਣ ਜਨ ਤੱਕ ਉਹ ਹੋ ਚੁੱਕੇ ਨੇ ਆ ਕਹਿੰਦੇ ਵੀ ਜਦੋਂ ਇਹਨਾਂ ਦੇ ਇਸ ਕਾਰਜਕਾਲ ਦੇ ਵਿੱਚ ਆਏ ਓਵਲ ਆਫਿਸ ਦੇ ਵਿੱਚ ਆਏ ਸ਼ੁਰੂਆਤੀ ਦੌਰ ਦੇ ਵਿੱਚ ਇਨਕਮ ਦੇ ਵਿੱਚ ਇਹਨਾਂ ਦੀ ਵਾਧਾ ਵੀ ਹੋਇਆ ਫੋਰਚਨ ਕਹਿੰਦੇ ਇਹਨਾਂ ਦੇ ਚੇਂਜ ਹੋਏ 2018 ਤੋਂ ਬਾਅਦ ਚ 24 ਮਿਲੀਅਨ ਐਡਜਸਟਡ ਗ੍ਰੋਸ ਇਨਕਮ ਇਹਨਾਂ ਨੇ ਸ਼ੋ ਕੀਤੀ ਤੇ 1 ਮਿਲੀਅਨ ਡਾਲਰ ਉਸ ਦੇ ਉੱਤੇ ਇਹਨਾਂ ਨੇ ਫੈਡਰਲ ਇਨਕਮ ਟੈਕਸ ਉਹ ਭਰਿਆ ਸੀਗਾ ਪਰ ਕਹਿੰਦੇ ਜਿੱਦਾਂ 2020 ਦੇ ਵਿੱਚ ਕੋਵਿਡ ਜਿਹੜਾ ਆਇਆ ਇਹਨਾਂ ਦੇ ਫਾਈਨੈਂਸਸ ਘਟਨੇ ਸ਼ੁਰੂ ਹੋਏ ਤੇ 4.8 ਮਿਲੀਅਨ ਡਾਲਰ ਦਾ ਜਿਹੜਾ ਲਾਸ ਆ ਓਵਰঅল 트ੰਪ ਉਹਨਾਂ ਨੇ ਇਸ ਦੇ ਵਿੱਚ ਉਹਨਾਂ ਨੂੰ ਅਸ਼ੋਕਤਾ ਉਹਨਾਂ ਨੇ ਤੇ ਜਿਹੜਾ ਜ਼ੀਰੋ ਟੈਕਸ ਇਨਕਮ ਟੈਕਸ ਜਿਹੜਾ ਆ ਉਹ ਉਸ ਤੇ ਵਿੱਚ ਭਰਿਆ ਹੈਗਾ ਆ ਸੋ ਹਾਊਸ ਵੇਜ਼ ਐਂਡ ਮੀਨ ਕਮੇਟੀ ਨੇ ਕੱਲ 16 ਦੇ ਮੁਕਾਬਲੇ 24 ਵੋਟਾਂ ਦੇ ਨਾਲ ਇਹਨਾਂ ਦੇ ਇਹ ਦਸਤਾਵੇਜ਼ ਜਨਤਕ ਕਰਨ ਦੇ ਲਈ ਵੋਟ ਉਹ ਪਾਈ ਸੀਗੀ ਸੋ ਆਈਆਰਐਸ ਦੇ ਤੋਂ ਜਿਹੜਾ ਇਹ ਡਾਟਾ ਲੈਣ ਦੇ ਲਈ ਸੁਪਰੀਮ ਕੋਰਟ ਤੱਕ ਇਸ ਕਮੇਟੀ ਨੂੰ ਜਿਹੜਾ ਆ ਉਹ ਜਾਣਾ ਪਿਆ ਸੀਗਾ ਹੁਣ ਕਿਉਂਕਿ ਟੈਕਸ ਰਿਟਰਨ ਤਾਂ ਲੰਮੇ ਚੌੜੇ ਜਿਹੜੇ ਹੁੰਦੇ ਆ ਕਿੱਥੇ ਕੀ ਆ ਕਿੱਦਾਂ ਆ ਕਿਵੇਂ ਆ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਪਰ ਲਗਾਤਾਰ ਜਿੰਨੇ ਕਈ ਨਿਊਜ਼ ਵਾਲੇ ਹੋਰ ਲੋਕ ਆ ਉਹ ਇਸ ਦਾ ਅਨਾਲਿਸਿਸ ਜਿਹੜਾ ਉਹ ਕਰਨਾ ਸ਼ੁਰੂ ਕਰ ਚੁੱਕੇ ਹੈਗੇ ਆ ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਟਰਪ ਉਹਨਾਂ ਨੇ ਜਿਹੜਾ ਵੈਸਟਚੈਸਟਰ ਕਾਉਂਟੀ ਨਿਊਯਾਰਕ ਦੇ ਵਿੱਚ ਜਿਹਨੂੰ ਸੈਵਨ ਸਪ੍ਰਿੰਗਸ ਜਿਹੜਾ ਆਖਦੇ ਆ ਉਸ ਨੂੰ ਇਹਨਾਂ ਨੇ ਪਰਸਨਲ ਰੈਜ਼ਿਡੈਂਸ ਵੀ ਪਹਿਲਾਂ ਕਈ ਸਾਲਾਂ ਤੱਕ ਉਸ ਨੂੰ ਕੋਸ਼ਿਤ ਕਰਕੇ ਰੱਖਿਆ ਸੀਗਾ ਅ ਤੇ ਨਿਊਯਾਰਕ ਟਾਈਮਜ਼ ਨੂੰ 220 ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਉਸ ਨੂੰ ਰੀਕਲਾਸੀਫਾਈ ਕਰਕੇ ਇਹਨਾਂ ਨੇ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੇ ਵਜੋਂ ਵੀ ਉਹ ਕਰ ਦਿੱਤਾ ਸੀਗਾ ਸੋ ਹੁਣ ਤੱਕ ਇਹ ਕਹਿੰਦੇ ਵੀ 2.2 ਮਿਲੀਅਨ ਡਾਲਰ ਦੇ ਪ੍ਰਾਪਰਟੀ ਟੈਕਸ ਇਹਨਾਂ ਨੇ ਰਾਈਟ ਆਫ ਜਿਹੜੇ ਉਹ ਕੀਤੇ ਆ ਐਜ਼ ਅ ਬਿਜ਼ਨਸ ਐਕਸਪੈਂਸ ਜਦ ਕਿ ਇੰਡੀਵਿਜੂਅਲਸ ਨੂੰ ਸਿਰਫ ਮੈਕਸਿਮਮ 10000 ਡਾਲਰ ਪ੍ਰਾਪਰਟੀ ਟੈਕਸ ਦੀ ਜਿਹੜੀ ਸ਼ੋਰਟ ਆ ਉਹ ਮਿਲਦੀ ਹੈਗੀ ਆ ਸੋ ਆ ਆਈਆਰਐਸ ਕਹਿੰਦੇ ਵੀ ਇਸ ਟੈਕਸ ਮੈਨੂਵਰ ਦੇ ਉੱਤੇ ਵੀ ਹੁਣ ਜਿਹੜੀ ਉਹ ਦੇਖੇਗੀ ਵੀ ਆਮ ਲੋਕਾਂ ਲਈ 10000 ਤੇ ਬਿਸਨਸ ਐਕਸਪੈਂਸਸ ਦੇ ਲਈ 2.2 ਮਿਲੀਅਨ ਡਾਲਰ ਦੀ ਰਾਈਟ ਆਫ ਜਿਹੜਾ ਉਹ ਮਿਲ ਜਾਂਦਾ ਹੈ ਲਿਖੇ ਤਾਂ ਹੁਣ ਇਹਨਾਂ ਦੇ ਆਪਣੇ ਹੀ ਆ ਸਾਰੇ ਟੈਕਸ ਕੋਡ ਕੋਈ ਇਸ ਨੂੰ ਕਿਸੇ ਤਰੀਕੇ ਦੇ ਨਾਲ ਵਰਤਦਾ ਹੈ ਕਿਸੇ ਕੋਈ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਲੂਪਹੋਲ ਵਰਤਣਾ ਹੈ ਕਿਸੇ ਨੂੰ ਨਹੀਂ ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ 트ੰਪ ਹੁਣਾਂ ਤੇ ਜਿਹੜੇ ਟੈਕਸ ਰਿਟਰਨਸ ਆ ਉਹ ਚਰਚਾ ਦਾ ਵਿਸ਼ਾ ਰਹਿਣਗੇ ਖਾਸ ਕਰਕੇ ਜਦੋਂ 크리스마ਸ ਦੇ ਉੱਤੇ ਕਈ ਪਰਿਵਾਰਾਂ ਨੇ ਜੁੜ ਮਿਲ ਕੇ ਬੈਠਣਾ ਆ ਉੱਥੇ ਮਿਲਦਾ ਟੇਬਲਾਂ ਦੇ ਉੱਤੇ ਇਹ ਜਿਹੜੀ ਚਰਚਾ ਆ ਉਹ ਆਮ ਹੋਵੇਗੀ ਜੀ